ਵਿਆਹ ਤੋਂ ਬਾਅਦ ਘਰ ਦਾ ਖਰਚਾ ਚੁੱਕਣ ਲਈ ਕਾਰਪੈਂਟਰ ਤੋਂ ਬਣਿਆ ਮੋਬਾਈਲ ਸਨੇਚਰ। ਪੁਲਿਸ ਨੇ ਨੌਜਵਾਨ ਨੂੰ 12 ਲੁੱਟ ਦੇ ਮੋਬਾਈਲ ਸਮੇਤ ਕੀਤਾ ਹੈ ਗ੍ਰਿਫਤਾਰ। ਸਮਰਾਲਾ ਪੁਲਿਸ ਨੇ ਮੋਬਾਈਲ ਫੋਨ ਖੋਹਣ ਦੀਆਂ ਵਾਰਦਾਤਾਂ ਕਰਨ ਵਾਲੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਪੁਲਿਸ ਨੇ ਉਸ ਕੋਲੋਂ ਲੁੱਟ ਦੇ 12 ਮੋਬਾਈਲ ਵੀ ਬਰਾਮਦ ਕੀਤੇ ਨੇ। ਪੁਲਿਸ ਨੇ ਦੋਸ਼ੀ ਵਿਰੁੱਧ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦੋਸ਼ੀ ਵਿਅਕਤੀ ਨੇ ਦੱਸਿਆ ਹੈ ਕਿ ਉਸ ਨੇ ਹਾਲ ਹੀ ਦੇ ਵਿੱਚ ਵਿਆਹ ਕਰਵਾਇਆ ਸੀ ਜਿਸ ਕਾਰਨ ਉਸ ਦੇ ਖਰਚੇ ਵੱਧ ਗਏ ਅਤੇ ਉਹ ਉਹਨਾਂ ਖਰਚਿਆਂ ਦੀ ਪੂਰਤੀ ਨਹੀਂ ਕਰ ਸਕਿਆ। ਇਸ ਦੇ ਲਈ ਉਸਨੇ ਮੋਬਾਈਲ ਲੁੱਟਣ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣਾ ਸ਼ੁਰੂ ਕਰ ਦਿੱਤਾ। ਬਸ ਜੀ, ਨਵਾਂ ਨਵਾਂ ਵਿਆਹ ਹੋਇਆ ਸੀਗਾ ਜੀ ਅਤੇ ਰੂਮ ਲਿਆ ਸੀਗਾ ਜੀ। ਹਾਂਜੀ, ਰੂਮ ਲਿਆ ਸੀਗਾ ਜੀ। ਅੱਛਾ ਜੀ। ਅਤੇ ਰੂਮ ਲਿਆ ਸੀਗਾ, ਪੈਸੇ ਆਏ ਨਹੀਂ ਸੀਗੇ ਜੀ ਅਤੇ ਫੋਨ ਖੋਹ ਲਏ ਜੀ। ਨਹੀਂ, ਰੂਮ ਲਿਆ ਸੀਗਾ। ਹਾਂਜੀ, ਉਹਦਾ ਖਰਚਾ ਪੂਰਾ ਨਹੀਂ ਹੋ ਰਿਹਾ ਸੀਗਾ। ਹਾਂਜੀ, ਤੁਸੀਂ ਕੰਮ ਕਾਰ ਨਹੀਂ ਹੋਰ ਕੋਈ ਕਰਦੇ ਹੈਗੇ? ਹਾਂਜੀ, ਕੰਮ ਕਾਰ ਨਹੀਂ ਕੋਈ ਕਰਦੇ ਸੀਗੇ? ਕੀ ਕੰਮ ਕਰਦੇ ਸੀ? ਕਾਰਪੈਂਟਰ ਦਾ ਜਿਹੜਾ ਕੰਮ ਕਰਦੇ, ਉਹ ਤੋਂ ਪੂਰਾ ਖਰਚਾ ਹੁੰਦਾ ਨਹੀਂ ਸੀਗਾ ਘਰ ਦਾ ਗੁਜ਼ਾਰਾ? ਹੁੰਦਾ ਸੀ, ਖਤਮ ਹੋ ਗਿਆ ਸੀਗਾ ਜੀ। ਅੱਛਾ, ਲੋਕਡਾਊਨ ਚ ਕੰਮ ਖਤਮ ਹੋ ਗਿਆ ਸੀ? ਨਹੀਂ, ਵਿਹਲੇ ਸੀਗੇ ਜੀ, ਲੋਕਡਾਊਨ ਟਾਈਮ ਦਾ ਨਹੀਂ ਕਰਦੇ ਹੈਗੇ, ਆਈ ਹੋਏ ਨੇਗੇ। ਇਹਦੇ ਮੋਬਾਈਲ ਖੋਲਦਾ ਸੀ, ਕਿਹਨੂੰ ਖੋਲਦਾ ਸੀ? ਇਹ ਜਿਵੇਂ ਕਿ ਰੋਡ ਤੇ ਜਾਂਦੇ ਸੀਗੇ ਜੀ, ਰੋਡ ਤੇ ਜਾਂਦੇ ਨੇਗੇ ਜਿਹੜੇ ਮੁੰਡੇ ਜੀ, ਉਹਨਾਂ ਤੋਂ ਖੋਇਆ ਪਿਆ ਜੀ। ਇਹ ਕਿਹੜੇ ਏਰੀਆ ਚ ਖੋਲਦਾ ਰਿਹਾ? ਸਮਰਾਲੇ ਦੇ ਏਰੀਆ ਚ ਬਾਹਰ ਖੋਏ ਨੇ ਤੇ ਮਾਚੋੜੇ ਤੇ ਸਮਰਾਲੇ ਤੇ। ਇਹ ਸਬ ਇੰਸਪੈਕਟਰ ਭੁਪਿੰਦਰ ਸਿੰਘ SHO ਸਮਰਾਲਾ ਅਤੇ ਇਹਨਾਂ ਦੀ ਟੀਮ ਨੇ ਪਿਛਲੇ ਕੁਛ ਸਮੇਂ ਦੇ ਦੌਰਾਨ ਸਮਰਾਲਾ, ਮਾਛੀਵਾੜਾ ਅਤੇ ਖੰਨਾ ਦੇ ਏਰੀਏ ਦੇ ਵਿੱਚ ਸਨੈਚਿੰਗ ਦੀਆਂ ਵਾਰਦਾਤਾਂ ਹੁੰਦੀਆਂ ਸੀ ਔਰ ਉਹਨੂੰ ਠੱਲ ਪਾਉਣ ਲਈ ਇਹਨਾਂ ਵੱਲੋਂ ਕਾਫੀ ਮਿਹਨਤ ਕਰਕੇ ਸਨੈਚਰ ਹਰਦੀਪ ਸਿੰਘ ਹੈ, ਸਨ ਆਫ ਤਰਸੇਮ ਸਿੰਘ, ਖੱਟੜ ਚੌਹਰਾਮ ਪਿੰਡ ਪੈਂਦਾ, ਥਾਣਾ ਡੇਲੋ ਕਮਿਸ਼ਨਰੇਟ ਦੇ ਕੋਲ, ਬੇਸਿਕਲੀ ਉੱਥੋਂ ਦਾ ਰਹਿਣ ਵਾਲਾ ਪਰ ਅੱਜ ਕੱਲ੍ਹ ਇਹ ਕਮਲ ਕਲੋਨੀ ਸਮਰਾਲੇ ਵਿਖੇ ਰਹਿ ਰਿਹਾ। ਇਹ ਇਸ ਏਰੀਏ 'ਚੋਂ ਮਾਈਨਰ ਛੋਟੇ ਬੱਚਿਆਂ ਨੂੰ ਟਾਰਗੇਟ ਕਰਦਾ ਸੀ, ਉਹਨਾਂ ਕੋਲ ਮੋਬਾਈਲ ਖੋਹਦਾ ਤਾਂ ਇਹ ਪਿਛਲੇ 4-5 ਮਹੀਨੇ ਦੌਰਾਨ ਇਹ ਕਈ ਵਾਰਦਾਤਾਂ ਕਰ ਚੁੱਕਾ ਸੀ ਤਾਂ ਇਹਨਾਂ ਨੇ ਕਾਬੂ ਕਰਕੇ ਇਹਦੇ ਕੋਲੋਂ 12 ਮੋਬਾਈਲ ਜਿਹੜੇ ਨੇ ਉਹ ਸਮਾਰਟਫੋਨ ਨੇ 12 ਦੇ 12 ਉਹ ਇਹਨਾਂ ਨੇ ਰਿਕਵਰ ਕੀਤੇ ਆ। ਇਹ ਜਿਹੜਾ ਮੁਰਜਮ ਹੈ ਇਹਦੇ ਖਿਲਾਫ ਪਹਿਲਾਂ ਵੀ ਕਮਿਸ਼ਨਰੇਟ 'ਚ ਮੁਕੱਦਮੇ ਦਰਜ ਨੇ ਪਰ ਇਹ ਮਾਈਨਰ ਹੋਣ ਦੀ ਹੈਸੀਅਤ ਵਿੱਚ ਹੁਣ ਤੱਕ ਜਿਹੜਾ ਬੈਨੀਫਿਟ ਲੈਂਦਾ ਰਿਹਾ। ਇਹ ਅਜੇ 18 ਸਾਲ ਕੁਛ ਮਹੀਨੇ ਦਾ ਹੀ ਜਿਹੜਾ ਇਹ ਹੋਇਆ। ਜਿਹੜੀ ਸਨੈਚਿੰਗ ਕਰਦਾ ਸੀ, ਪੈਦਲ ਕਰਦਾ ਸੀ ਜਾਂ ਬਾਈਕ ਵਗੈਰਾ ਕੁਛ? ਇਹ ਕੁਛ ਸਨੈਚਿੰਗ ਇਹਨੇ ਪੈਦਲ ਵੀ ਕੀਤੀਆਂ, ਪੈਦਲ ਕਰਕੇ ਸਨੈਚਿੰਗ ਕਰਨ ਤੋਂ ਮਗਰੋਂ ਇਹ ਉੱਥੋਂ ਭੱਜ ਲੈਂਦਾ ਸੀ ਤਾਂ ਕੁਛ ਇਹਨੇ ਜਿਹੜੀਆਂ ਸਨੈਚਿੰਗ ਨੇ ਉਹ ਬਾਈਕ 'ਤੇ ਵੀ ਕੀਤੀਆਂ ਹੋਈਆਂ ਨੇ। ਇਹ ਨਸ਼ੇ ਦਾ ਵੀ ਆਦੀ ਦੇਖਿਆ? ਨਹੀਂ, ਅਜੇ ਇਹਨੂੰ ਨਸ਼ੇ ਵਾਲੀ ਕੋਈ ਗੱਲ ਨਹੀਂ ਪਰ ਇਹ ਛੋਟੀ ਉਮਰ ਦੇ ਵਿੱਚ ਹੀ ਇਹਨੂੰ ਇੱਕ ਸਨੈਚਿੰਗ ਦੀ ਆਦਤ ਪੈ ਗਈ ਤਾਂ ਈਜ਼ੀ ਮਨੀ ਦੇ ਵਿੱਚ ਹੀ ਆ ਗਿਆ, ਇਸ ਕਰਕੇ ਕਰਦਾ। ਅਜੇ ਨਸ਼ੇ ਵਾਲੀ ਇਹਦੇ ਵਿੱਚ ਕੋਈ ਗੱਲ ਨਹੀਂ। ਇਹ ਸਮਰਾਲੇ ਆਪਣੀ ਵਾਈਫ ਦੇ ਨਾਲ ਰਹਿ ਰਿਹਾ, ਇਹਨੇ ਮੈਰਿਜ ਕਰਵਾ ਲਈ ਹੋਈ ਹੈ ਔਰ ਆਪਣੀ ਵਾਈਫ ਦੇ ਨਾਲ ਇੱਥੇ ਰਹਿ ਰਿਹਾ।